ਨਿਊਜ਼ ਐਟ 8 ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਜੋਤ ਕੌਰ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੇਨਈ ਵਿਖੇ ਇੱਕ ਦਿਨਾ ਦੌਰੇ ਤੇ ਨੇ, ਜਿਸ ਦੌਰਾਨ ਉਨ੍ਹਾਂ ਨੇ ਰਾਸ਼ਟਰੀ ਹੈਂਡਲੂਮ ਦਿਵਸ ਦਾ ਐਲਾਨ ਕੀਤਾ। ਮੋਦੀ ਆਪਣੇ ਇੱਕ ਦਿਨਾ ਦੌਰੇ ਦੌਰਾਨ ਸਵੇਰੇ ਚੇਨਈ ਪਹੁੰਚੇ ਸਨ ਅਤੇ ਚੇਨਈ ਏਅਰਪੋਰਟ ਤੇ ਮੁੱਖ ਮੰਤਰੀ ਜੈਲਲਿਤਾ ਨੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ। ਪ੍ਰਧਾਨ ਮੰਤਰੀ ਦੇ ਚੇਨਈ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਬੁਨਕਰਾਂ ਨੂੰ ਸੰਤ ਕਬੀਰ ਪੁਰਸਕਾਰ ਅਤੇ ਰਾਸ਼ਟਰੀ ਹਥਕਰਘਾ ਪੁਰਸਕਾਰ ਨਾਲ ਵੀ ਨਿਵਾਜ਼ਿਆ। ਪ੍ਰਧਾਨ ਮੰਤਰੀ ਦੇ ਦੌਰੇ ਦੇ ਲਈ ਵੱਖ ਵੱਖ ਤਰ੍ਹਾਂ ਦੇ ਸੁਰੱਖਿਆ ਪ੍ਰਬੰਧ ਕੀਤੇ ਗਏ ਅਤੇ ਕਈ ਪੁਲਿਸ ਅਧਿਕਾਰੀ ਸੁਰੱਖਿਆ ਦੇ ਪ੍ਰਬੰਧਾਂ ਤੇ ਨਜ਼ਰ ਰੱਖੇ ਹੋਏ ਸਨ। ਹਿਰਦੈ ਸੇ ਅਭਿਨੰਦਨ ਕਰਤਾ ਹੂੰ ਕਿ ਆਪਨੇ एक महत्वपूर्ण कार्यक्रम को एक होस्ट के रूप में तमिलनाडु में मनाया। आज राष्ट्रीय हैंडलूम डे का प्रारंभ हो रहा है और तमिलनाडु से हो रहा है। सामान्य रूप से सरकार को सब चीज दिल्ली में करने की आदत है, लेकिन मेरी कोशिश है कि सरकार दिल्ली से बाहर निकले और आज पूरी दिल्ली सरकार चेन्नई में मौजूद है। 25 सांसदों की मुअत्तली को लेकर कांग्रेस का धरना चौथे दिन भी संसद भवन में जारी रहा। धरने वाली थां से कांग्रेस प्रधान सोनिया गांधी ने कहा कि विदेश मंत्री सुषमा स्वराज नाटकबाजी में माहिर हैं। ਜ਼ਿਕਰਯੋਗ ਹੈ ਕਿ ਲਲਿਤ ਮੋਦੀ ਮਾਮਲੇ ਤੇ ਆਪਣੇ ਤੇ ਲੱਗੇ ਇਲਜ਼ਾਮ ਤੇ ਸਦਨ ਵਿਚ ਜਵਾਬ ਦਿੰਦੇ ਹੋਏ ਸੁਸ਼ਮਾ ਨੇ ਵੀਰਵਾਰ ਨੂੰ ਕਿਹਾ ਸੀ ਕਿ ਮੈਂ ਲਲਿਤ ਮੋਦੀ ਦੀ ਪਤਨੀ ਦੀ ਕੈਂਸਰ ਦੇ ਇਲਾਜ ਨੂੰ ਲੈ ਕੇ ਮਾਨਵੀ ਅਧਿਕਾਰ ਤੇ ਇਹ ਕੀਤਾ। ਉਨ੍ਹਾਂ ਨੇ ਵੀ ਕਿਹਾ ਕਿ ਜੇਕਰ ਮੇਰੀ ਜਗ੍ਹਾ ਸੋਨੀਆ ਗਾਂਧੀ ਹੁੰਦੀ ਤਾਂ ਉਹ ਵੀ ਸ਼ਾਇਦ ਇਹੀ ਕਰਦੇ ਜੋ ਮੈਂ ਕੀਤਾ। ਪਰ ਅੱਜ ਸੋਨੀਆ ਗਾਂਧੀ ਨੇ ਸੁਸ਼ਮਾ ਸਵਰਾਜ ਤੇ ਹਮਲਾ ਬੋਲਦਿਆਂ ਉਨ੍ਹਾਂ ਨੂੰ ਨਾਟਕਬਾਜ਼ੀ ਵਿਚ ਮਾਹਿਰ ਕਰਾਰ ਦਿੱਤਾ। ਜਿੱਥੇ ਇੱਕ ਪਾਸੇ ਸੋਨੀਆ ਗਾਂਧੀ ਨੇ ਸੁਸ਼ਮਾ ਤੇ ਬਿਆਨਬਾਜ਼ੀ ਕੀਤੀ, ਉੱਥੇ ਹੀ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਸੁਸ਼ਮਾ ਸਵਰਾਜ ਤੇ ਹਮਲਾ ਬੋਲਦਿਆਂ ਕਿਹਾ ਕਿ ਸੁਸ਼ਮਾ ਨੇ ਲੁੱਕ ਕੇ ਕੰਮ ਕੀਤਾ। ਰਾਹੁਲ ਗਾਂਧੀ ਨੇ ਕਿਹਾ ਕਿ ਸੁਸ਼ਮਾ ਜੀ ਦੱਸੇ ਕਿ ਲਲਿਤ ਮੋਦੀ ਨੇ ਖੁਦ ਨੂੰ ਛਡਾਉਣ ਲਈ ਉਨ੍ਹਾਂ ਨੂੰ ਕਿੰਨਾ ਪੈਸਾ ਦਿੱਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਚੁੱਪੀ ਤੋੜਨ ਲਈ ਕਿਹਾ। ਕਾਂਗਰਸ ਨੇ ਸਾਫ਼ ਕਰ ਦਿੱਤਾ ਹੈ ਕਿ ਸੁਸ਼ਮਾ ਦੀ ਸਫਾਈ ਦੇਣ ਤੋਂ ਬਾਅਦ ਉਹ ਲਲਿਤ ਗੇਟ ਮੁੱਦੇ ਨੂੰ ਛੱਡਣ ਵਾਲੇ ਨਹੀਂ ਨੇ। ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਦੇ ਆਗੂ ਜਗਮੀਤ ਬਰਾੜ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਮੁਅਤਲੀ ਨੂੰ ਰੱਦ ਕਰ ਦਿੱਤਾ, ਜਿਸ ਨਾਲ ਉਨ੍ਹਾਂ ਦੀ ਕਾਂਗਰਸ ਵਿਚ ਵਾਪਸੀ ਦਾ ਰਾਹ ਲਗਭਗ ਪੱਧਰਾ ਹੋ ਗਿਆ। ਜਗਮੀਤ ਬਰਾੜ ਨੂੰ ਅਗਸਤ 2014 ਵਿਚ ਰਾਹੁਲ ਵਿਰੋਧੀ ਟਿੱਪਣੀ ਕਰਨ ਬਦਲੇ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਇਹ ਫੈਸਲਾ ਤਤਕਾਲੀਨ ਰੱਖਿਆ ਮੰਤਰੀ ਏਕੇ ਐਂਟਨੀ ਵੱਲੋਂ ਲਿਆ ਗਿਆ ਸੀ। ਸੋਨੀਆ ਗਾਂਧੀ ਦੇ ਇਸ ਫੈਸਲੇ ਨਾਲ ਜਗਮੀਤ ਬਰਾੜ ਨੂੰ ਜਿੱਥੇ ਵੱਡੀ ਰਾਹਤ ਮਿਲੀ ਹੈ, ਉੱਥੇ ਹੀ ਬਰਾੜ ਦੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਅਫਵਾਹਾਂ ਨੂੰ ਵੀ ਰੋਕ ਲੱਗ ਗਈ ਹੈ। ਭਾਵੇਂ ਕਿ ਬਰਾੜ ਨੇ ਕੋਈ ਨਵੀਂ ਸਿਆਸੀ ਪਾਰਟੀ ਬਣਾਉਣ ਜਾਂ ਕਿਸੇ ਹੋਰ ਦਲ ਵਿਚ ਸ਼ਾਮਲ ਹੋਣ ਦੀਆਂ ਖਬਰਾਂ ਨੂੰ ਬੜੀ ਦੇਰ ਪਹਿਲਾਂ ਨਕਾਰ ਦਿੱਤਾ ਸੀ, ਪਰ ਪੰਜਾਬ ਦੀ ਸਿਆਸੀ ਫਿਜ਼ਾ ਵਿਚ ਬਰਾੜ ਵੱਲੋਂ ਕਿਸੇ ਨਵੇਂ ਫੈਸਲੇ ਲਏ ਜਾਣ ਦੀ ਸੰਭਾਵਨਾ ਸਰਗਰਮ ਨਜ਼ਰ ਆ ਰਹੀ ਸੀ। ਅਗਲੀ ਖਬਰ ਵੱਲ। 1993 ਵਿਚ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਯਾਕੂਬ ਮੈਮਨ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਵਾਲੇ ਸੁਪਰੀਮ ਕੋਰਟ ਦੇ ਜਸਟਿਸ ਦੀਪਕ ਮਿਸ਼ਰਾ ਨੂੰ ਇਕ ਧਮਕੀ ਭਰਿਆ ਪੱਤਰ ਮਿਲਿਆ। ਦੱਸ ਦਈਏ ਕਿ ਇਸ ਪੱਤਰ ਵਿਚ ਸਾਫ਼ ਸਾਫ਼ ਲਾਲ ਪੈਨ ਦੇ ਨਾਲ ਲਿਖਿਆ ਹੈ ਕਿ ਤੁਮਹੇ ਨਹੀਂ ਛੋੜੇਂਗੇ। ਫਿਲਹਾਲ ਪੁਲਿਸ ਨੇ ਯਾਕੂਬ ਨੂੰ ਸਜ਼ਾ ਸੁਣਾਉਣ ਵਾਲੇ ਤਿੰਨਾਂ ਜੱਜਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਜਸਟਿਸ ਮਿਸ਼ਰਾ ਦੇ ਬੰਗਲੇ ਦੇ ਬਾਹਰ ਵੀ ਪੁਲਿਸ ਨੇ ਸੁਰੱਖਿਆ ਦਾ ਘੇਰਾ ਹੋਰ ਵੀ ਜ਼ਿਆਦਾ ਮਜ਼ਬੂਤ ਕਰ ਦਿੱਤਾ ਹੈ। ਪੁਲਿਸ ਵੱਲੋਂ ਘਰ ਦੇ ਬਾਹਰ ਆਉਣ ਜਾਣ ਵਾਲੇ ਹਰ ਇੱਕ ਵਿਅਕਤੀ ਤੇ ਵੀ ਪੂਰੀ ਤਰ੍ਹਾਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਜਸਟਿਸ ਮਿਸ਼ਰਾ ਉਨ੍ਹਾਂ ਜੱਜਾਂ ਵਿਚ ਸ਼ਾਮਲ ਨੇ ਜਿਨ੍ਹਾਂ ਨੇ ਯਾਕੂਬ ਦੀ ਮੌਤ ਦੀ ਸਜ਼ਾ ਤੇ ਆਖਰੀ ਮੋਹਰ ਲਗਾਈ ਸੀ ਤੇ ਉਨ੍ਹਾਂ ਨੂੰ ਖਾਕੀ ਲਿਫਾਫੇ ਵਿਚ ਧਮਕੀ ਭਰੇ ਦੋ ਕਾਗਜ਼ ਮਿਲੇ ਨੇ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਹ ਚਿੱਠੀ ਕਿੱਥੋਂ ਆਈ ਹੈ ਅਤੇ ਕਿਸ ਜਥੇਬੰਦੀ ਨੇ ਭੇਜੀ ਹੈ, ਪਰ ਪੁਲਿਸ ਹੁਣ ਹਰਕਤ ਦੇ ਵਿਚ ਆਈ ਹੋਈ ਹੈ ਅਤੇ ਮਾਮਲਾ ਦਰਜ ਕਰਕੇ ਪੁਲਿਸ ਨੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ।
पंजाब दे मुख मंत्री प्रकाश सिंह बादल संगत दर्शन प्रोग्राम तहत अमृतसर दे बाबा बकाला विच पहुंचे जिथे उन्होंने बाबा बकाला दे कई पिंडां विच संगत दर्शन कीते ते लोकां दीआं समस्यावां नूं सुणिआ ते उन्हां दा मौके ते निपटारा भी किया। इस मौके पत्रकारां नाल गलबात करदिआं उन्हां कहा कि कांग्रेस नूं जन समर्थन दा सवाल पैदा नहीं हुंदा क्योंकि कांग्रेस अपनी फुट दूर नहीं कर सकती। इस मौके बीजेपी नाल भाईवाली बारे गल करदिआं उन्हां कहा कि साडा गठजोड़ पुराना है ते मजबूत है सो फुट दा कोई सवाल पैदा ही नहीं हुंदा। साडी पार्टी बिल्कुल यूनाइटेड है, बहुत वधिया है। मेरे ख्याल है जी कि होर उन्हां नहीं जिते साडी डाडा देखो जी बीजेपी नाल बड़ा पक्का अलायंस है, बहुत गहरा ते पुराना तल्लुक है। मैं किसी कंट्रोवर्सी नूं ना जम्मू दे उधमपुर विच होए अतवादी हमले विच अतवादियां नाल लोहा लैण वाले शहीद होए बीएसएफ दे जवान रॉकी दा मृतक शरीर उसदे पिंड रामगढ़ माजरा विखे पहुंचाया गया सी जिस दौरान पूरे पिंड विच सोग दा माहौल फैल गया। इस मौके पहुंचे स्थानक विधायकां नूं रॉकी दे परिवार वालियां दे गुस्से दा भी सामना करना पिया पर बाद विच संस्कार समय पहुंचे विधानसभा प्रधान अते खाद पूर्ति मंत्री करण देव कंबोज ने यह ऐलान किया कि शहीद दे नाम ते एक स्मारक बनाया जाएगा जबकि जिले विच एक भवन भी शहीद रॉकी दे नाम ते बनाया जाएगा। इस मौके संस्कार समय आए बीएसएफ दे डीआईजी ने शहीद रॉकी दे परिवार नूं 10 लाख रुपए दे के सम्मानित भी किया। बहुत ही काम किया, बहुत जब ऐसी सिचुएशन होती है जहाँ पे कि मिलिटेंट का फायर आ रहा होता है, अब ये अकेला था जो कि उसमें जिसके पास में हथियार था, गार्ड था ये बस में, तो अगर ये एक्शन इसका इतना अच्छा था कि बाकी की जान बच गई, अदरवाइज नुकसान बहुत ज्यादा हो जाता। मैंने मुख्यमंत्री से बात की, प्रशासन से कल सवेरे हिदायत कर दी थी, प्रशासन एकदम यहाँ लगा हुआ है। मैंने मुख्यमंत्री जी ने शहीद परिवार की सहानुभूति के लिए 20 लाख रुपए और एक बच्चे को सरकारी नौकरी देने का ऐलान किया। पठानकोट विच यूथ कांग्रेस वर्करां वल्लों गुरदासपुर दे संसद मैंबर विनोद खन्ना दे खिलाफ विरोध प्रदर्शन करदे होए गुरदासपुर विच खन्ना दी गुमशुदगी वाले पोस्टर लगाए गए अते आम लोकां नूं भी वंडे गए। इस मौके कांग्रेस आगू ने मीडिया नाल गलबात करदिआं कहा कि दीनानगर विच होए वड्डे अतवादी हमले तों बाद जिथे वड्डे आगू इत्थे पहुंचे सन पर विनोद खन्ना पता नहीं किथे हन जो उह शहीद पुलिस जवानां दे परिवारां नाल दुख वंडाउण लई नहीं पहुंच सके जिस विरोध विच एक कार्रवाई की गई। साबका राष्ट्रपति एपीजे अब्दुल कलाम की मौत नूं भावें एक हफ्ता ही होया पर उन्हां दे कुछ सहयोगियों दे विच जंग भी छिड़ गई है। इस जंग की मुख वजह दसी जा रही है कि सोशल मीडिया प्लेटफॉर्म से डॉक्टर कलाम के ऑफिशियल अकाउंट्स से आखिर किसका कंट्रोल रहेगा। ध्यान रहे कि एपीजे अब्दुल कलाम के निधन तो बाद इस गल का ऐलान किया गया सी कि सोशल मीडिया से उन्होंने अकाउंट्स नूं बंद नहीं किया जाएगा अते उन्हां दा संचालन उन्हां दी विरासत दे रूप विच होएगा पर हुण जंग इस गल दे छिड़ चुकी है कि आखिर इस दा संचालन कौन करे, उन्हां दा विद्यार्थी या फिर उन्हां दा अधिकारिक दफ्तर। दीनानगर अतवादी हमले दौरान कई जवान शहीद हो गए अते कई जख्मी हो गए सन अते जख्मियों नूं पंजाब सरकार ने आर्थिक सहायता देंदे होए 3-3 लाख रुपए दे चेक दिते। दस दईए कि पंजाब दे मुख्यमंत्री सरदार प्रकाश सिंह बादल अमृतसर दे गुरु नानक देव हस्पताल पहुंचे जिस दौरान उन्होंने अतवादी हमले विच जख्मी होए लोगों दे नाल मुलाकात की अते इस हमले की निंदा करदिया अफसोस भी जाहिर किया। इस दौरान मुख्यमंत्री बादल ने हस्पताल विच भर्ती हुए जख्मियों नूं आर्थिक सहायता वजो 3-3 लाख रुपए दे चेक भी भेंट किते अते जल्दी ही सब ठीक हो जाण दा भरोसा भी दिता। नहीं सिर्फ एक ता मैं पहला भी आया थे, अज दोबारा इन्हां दा पता लैण वास्ते भी ताकि अपनी आप मिल के वेखिए भी कि वाहिगुरू दी कृपा है कि सारे सेहत याब ने ठीक है, तो 2 दिन से नहीं हो जाएगा, कुछ 3 दिन से नहीं हो जाएगा, मतलब बहुत वो है भी सारे चढ़ती कला च कोई नहीं किसी के मन पर कोई असर होता। एक दूसरा जरा 3-3 लाख रुपया देना चाहिए वो देता। पंजाब विच वाजवे बेरोजगारी कारण
ਪਿੰਡਾਂ ਦੇ ਨੌਜਵਾਨ ਕਰਜ਼ੇ ਲੈ ਕੇ ਵਿਦੇਸ਼ ਜਾਣ ਲਈ ਤਰਲੋ ਮੱਛੀ ਹੋ ਰਹੇ ਨੇ ਅਤੇ ਉਹਨਾਂ ਦਾ ਫਾਇਦਾ ਕੁਝ ਟਰੈਵਲ ਏਜੰਟ ਲੈ ਰਹੇ ਹਨ ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਮਿਲੀ ਜਦ ਜਲੰਧਰ ਦੇ ਟਰੈਵਲ ਏਜੰਟ ਵੱਲੋਂ ਲੁਧਿਆਣਾ ਦੇ ਕਸਬਾ ਜਗਰਾਓ ਵਿਚ ਪੈਂਦੇ ਪਿੰਡ ਡੱਲਾ ਦੇ ਵਸਨੀਕ ਦਲਜੀਤ ਕੌਰ ਨੇ ਦਸਿਆ ਕਿ ਐਕਸਲ ਓਵਰਸੀਜ਼ ਦੇ ਟਰੈਵਲ ਏਜੰਟ ਹੈਰੀ ਵੱਲੋਂ ਉਸਦੇ ਬੇਟੇ ਤਜਿੰਦਰ ਸਿੰਘ ਨੂੰ ਆਸਟ੍ਰੇਲੀਆ ਭੇਜਣ ਦੇ ਲਈ 4 ਸਾਲ ਪਹਿਲਾਂ 10 ਲੱਖ ਰੁਪਏ ਲਏ ਸਨ ਪਰ ਨਾ ਤਾਂ ਏਜੰਟ ਨੇ ਵਿਦੇਸ਼ ਭੇਜਿਆ ਅਤੇ ਨਾ ਹੀ ਉਨ੍ਹਾਂ ਦਾ ਪੈਸਾ ਵਾਪਸ ਕੀਤਾ ਉਨ੍ਹਾਂ ਕਿਹਾ ਕਿ ਉਕਤ ਏਜੰਟ ਪੈਸੇ ਦੇਣ ਦੀ ਬਜਾਏ ਸਾਡੇ ਖਿਲਾਫ ਸ਼ਿਕਾਇਤਾਂ ਕਰ ਰਿਹਾ ਜਾਂਚ ਅਧਿਕਾਰੀ ਮੁਤਾਬਿਕ ਮਾਮਲੇ ਸੰਬੰਧੀ ਲੋੜੀਂਦੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਕਿੰਨੇ ਪੈਸੇ ਲਏ ਜੀ ਡਾਕਟਰ 8 ਲੱਖ ਕਿਹੜੇ ਦੇਸ਼ ਭੇਜਣ ਲਈ ਲਏ ਆਸਟ੍ਰੇਲੀਆ ਆਈਲੈਂਡਸ ਵਾਲੀ ਤੇ ਇਹਨੇ ਕਿਹੜੇ ਦੇਸ਼ ਦਾ ਤੁਹਾਡਾ ਵੀਜ਼ਾ ਲਵਾਇਆ ਕਿਸ ਦਾ ਨਾ ਕਹਿੰਦਾ ਮੈਂ ਇਟਲੀ ਦਾ ਲਵਾਇਆ ਸੀ 10 ਸਾਲ ਇਹਨਾਂ ਦਾ ਵੀਜ਼ਾ ਦੋ ਨੰਬਰ ਤੇ ਅਸੀਂ ਕਿਹਾ ਸੀ ਭੇਜਣਾ ਕਿੰਨੇ ਦਾ ਸਭ ਤੋਂ ਵੀਜ਼ਾ ਤੂੰ ਪੈਸੇ ਭਰਾਇਆ ਸਭ ਤੋਂ ਉੱਥੇ ਦਾ ਸਾਡਾ ਵੀਜ਼ਾ ਕਿੰਨੀ ਦੇਰ ਪਹਿਲਾਂ ਦਿੱਤੇ ਤੁਸੀਂ ਦਾ ਇਹ 4 ਸਾਲ ਸੈਨੇਗਨ ਵੀਜ਼ਾ ਵਾਸਤੇ ਆਏ ਸੀਗੇ ਮੈਰਿਟ ਕਪਲ ਸੀਗੇ ਹਨੀਮੂਨ ਵੀਜ਼ਾ ਉਹਨਾਂ ਦਾ ਹੋ ਗਿਆ ਦੈਟਸ ਇਟ ਭਾਜੀ ਆਸਟ੍ਰੇਲੀਆ ਦੀ ਗੱਲ ਹੀ ਨਹੀਂ ਹੋਈ ਪੈਸੇ ਉਹ 8 ਕਿਲੋਮੀਟਰ ਗਏ ਰਹਿੰਦੇ ਨੇ ਬਾਕੀ ਵੇਰੀਫਾਈ ਨਹੀਂ ਕੀਤਾ ਪਤਾ ਲੱਗੂਗਾ ਕਿ
दसन योग है कि इन्हां लड़कियां दा मानसिक संतुलन ठीक ना होने के बावजूद इन्हां ने लॉस एंजलिस विच होए विश्व स्पेशल ओलंपिक्स गेम्स विच सोने अते कांसे दे तगमे हासिल किते। इन्हां लड़कियां दे स्वागत दे लई जिथे पिंगलवाड़ा दी टीम रेलवे स्टेशन पहुंची उथे ही जिला प्रशासन दे वल्लों भी इन्हां दा भरवा स्वागत किया गया। इस मौके पत्रकारां नाल गलबात करदिआं पिंगलवाड़ा सोसायटी दी मुखी डॉक्टर इंद्रजीत कौर ने कहा कि उन्हां नूं इन्हां लड़कियां ते माण है। उन्हें कहा कि इन्हां लड़कियां ने वह कर दिखाया जो आम लड़कियां करन दा सुपना वेखदियां ने। मानसिक स्थिति ठीक हो ना होने के बावजूद भी इन्हां लड़कियां ने इस स्थान ते पहुंच के इस देश दा नाम उच्चा किया। डिस्ट्रिक्ट लैवल पे, स्टेट लैवल पे, फिर नैशनल लैवल पे जड़े जीते है, वो बाद च इन्हां दी सिलेक्शन हुई। कोई तो सत्त दी सी पर इन्हां ने सिर्फ दो नूं लैके गए है, जिहदे च इक नूं असीं पार्टिसिपेट कराया इन्हां ने स्पैशल ओलंपिक्स विच डॉली नूं, जिहड़े कि इनाम जित के ब्रोंज मैडल जित के आई है। फिर इन्होंने यूनिफाइड गेम के शालू में खिलाया दूसरी बच्ची को, वो साढ़े को छोटे हिंदे को पल रही है और इन्हें फिर गोल्ड मैडल जितया टेबल टैनिस के यूनिफाइड गेम पर स्पैशल ओलंपिक्स में टैली नहीं जीते। खबर लैने जलंधर तो जलंधर के रौनक बाजार के नेड़े सदा गेट विच ईडी की टीम ने ईडी के डीपटी डायरेक्टर निरंजन सिंह की अगवाई हेठ दरबारा फैक्स से छापा मारिया। हवाला रकम के लैण देन के खदशे करके मारे गए छापे विच ईडी ने 9 लाख रुपए अपने कब्जे विच लै ले हन। दस दईए कि टीम अपने नाल कई दस्तावेज भी लै गई जिन्हों की जांच पड़ताल की जा रही है। News@8 ਦੇ ਵਿੱਚ ਇਹਨਾਂ ਹੀ, ਸਾਨੂੰ ਦੇ ਇਜਾਜ਼ਤ।